ਸਾਡੀ ਕਮੇਟੀ ਬਣੀ ਹੋਈ ਸੀ ਨਸ਼ਾ ਰੋਕਣ ਵਾਸਤੇ ਇਹਨਾਂ ਨੇ ਕਮੇਟੀ ਵਾਲਿਆਂ ਨੇ ਫੈਸਲਾ ਲਿਆ ਵੀ ਆਪਾਂ ਉਹਨਾਂ ਨੂੰ ਸਦਕੇ ਵੀ ਭਾਈ ਅਸੀਂ ਤੁਹਾਨੂੰ ਵਾਰਨਿੰਗ ਦਿੱਤੀ ਸੀ ਤੁਸੀਂ ਇਹ ਨਸ਼ਾ ਵੇਚਣੋਂ ਕਿਉਂ ਨਹੀਂ ਹਟਦੇ ਉਹਨੇ ਦੂਰ ਖੜ ਕੇ ਪੰਜ ਕਰਮ ਦੀ ਵਿੱਥ ਤੇ ਖੜ ਕੇ ਆਉਣ ਸਾਰੀ ਉਹਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਿਹੜੀ ਕਿ ਮੁੰਡੇ ਦੇ ਗਰੀਬ ਬੰਦਾ ਸੀ ਉਹ ਦਿਹਾੜੀਦਾਰ ਬੰਦਾ ਸੀ ਉਹਦੀ ਛਾਤੀ 'ਚ ਗੋਲੀ ਲੱਗ ਗਈ ਉਹਦੀ ਮੌਤ ਹੋ ਗਈ ਛੋਟੇ ਛੋਟੇ ਬੱਚੇ ਆ ਗਰੀਬ ਪਰਿਵਾਰ ਆ ਰੁਲ ਗਿਆ ਜੀ ਉਹਨਾਂ ਦੀਆਂ ਨਾਲ ਬੁੜੀਆਂ ਨੇ ਵੀ ਇਹ ਹੌਸਲਾ ਦਿੱਤਾ ਉਹ ਆਉਂਦੇ ਕਹਿੰਦੇ ਅਸੀਂ ਤਾਂ ਮਕਾਨ ਬਣਾਉਣਾ ਘਰ ਬਣਾਉਣਾ ਆਪਦਾ ਚਿੱਟਾ ਵੇਚ ਕੇ ਬਣਾਵਾਂਗੇ ਕਿੰਨੇ ਫੈਰ ਕੀਤੇ ਉਹਨਾਂ ਨੇ ਫੈਰ ਗੁਰਦੁਆਰੇ ਕੋਲੇ 3 ਕੀਤੇ ਆ ਜੀ ਬਾਕੀ ਤੁਰੇ ਜਾਂਦੇ ਨੇ ਵੀ ਕੀਤੇ ਆ ਗਾਂ ਕਿਸੇ ਦੇ ਘਰੇ ਉਤਰ ਗਿਆ ਸੀ 3-4 ਫੈਰ ਉੱਥੋਂ ਵੀ ਕੱਢੇ ਧਮਕੀਆਂ ਹੁਣ ਪਿੰਡ ਨੂੰ ਸਾਰਿਆਂ ਨੂੰ ਦਿੱਤੀ ਹੋਈ ਹੈ ਜੀ ਉਹ ਆਏ ਕਹਿੰਦੇ ਕੋਈ ਨਹੀਂ ਕਿੰਨਾ ਕੁ ਚਿਰ ਜਵਾਨਤ 'ਤੇ ਆ ਜਾਵਾਂਗੇ ਫਿਰ ਵੇਖ ਲਾਂਗੇ ਸਾਦਕ ਦੀ ਕਮੇਟੀ ਬਣੀ ਹੋਈ ਆ ਉਹਨਾਂ ਨੂੰ ਵੀ ਧਮਕੀ ਦੇ ਦਿੱਤੀ ਉਹ ਆਉਂਦੇ ਵੀ ਢਿਲਮਾਂ ਵਾਲਿਆਂ ਦਾ ਤਾਂ ਅਸੀਂ ਕੰਮ ਨਿਬੇੜਤਾ ਹੁਣ ਤੁਹਾਡੇ ਬੰਨੀ ਆ ਗਏ ਤੁਹਾਨੂੰ ਵੇਖਾਂ ਹੈ ਤੁਹਾਡੇ ਪਿੰਡ ਦੇ ਆ ਉਹ ਪਿੰਡ ਦੇ ਕਦੋਂ ਕਿਤੇ ਵੇਚਦੇ ਜੀ ਉਹਨਾਂ ਨੂੰ ਹੋ ਗਏ 5-7 ਸਾਲ ਜੀ ਹੌਸਲੇ ਬੁਲੰਦ ਹੁੰਦੇ ਆ ਨਹੀਂ ਮੈਂ ਜਾਂ ਤੂੰ ਨਹੀਂ ਆਏ ਤੇ ਇਹ ਕੰਮ ਕਰ ਲੈਂਦੇ ਰੋਕਦੇ ਸੀ ਰੋਕਦੇ ਸੀ ਬਸ ਹੋਰ ਕੋਈ ਲੜਾਈ ਨਹੀਂ ਸੀ ਝਗੜਾ ਨਹੀਂ ਦੋ ਬੱਚੇ ਉਹਦੇ ਤੇ ਘਰੋਂ ਛੋਟੇ ਛੋਟੇ ਬਿਜਲੀ ਦਾ ਕੰਮ ਕਰਦਾ ਪਿੰਡ ਚਿੱਟਾ ਕਿੰਨਾ ਕੁ ਮਿਲਦਾ ਤੁਹਾਡੇ ਜੀ ਪਿੰਡ ਸਾਡੇ ਖੰਡ ਲੈਣੀ ਔਖੀ ਆ ਚਿੱਟਾ ਲੈਣਾ ਸੌਖਾ ਜੀ ਇੱਕ ਤਾਂ ਮਰ ਗਿਆ ਜੇ ਹੋਰ ਵੀ ਕਿਸੇ ਨੂੰ ਛੇਤੀ ਦੇਣੀ ਪਈ ਤਾਂ ਦੇਵਾਂਗੇ ਜੀ ਪਰ ਅਸੀਂ ਨਸ਼ਾ ਨਹੀਂ ਪਿੰਡ ਦੇ ਵਿੱਚ ਵੇਖਣ ਦਾ ਲੋਕਵਾਸ ਟੀਵੀ ਨਾਲ ਜੁੜਨ ਤੁਸੀਂ ਮੈਂ ਅਹਿਮਤਾਜ ਸਾਦਕ ਦੇ ਨਾਲ ਢਿਲਮਾ ਖੁਰਦ ਦੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਨਸ਼ਾ ਵੇਚਣ ਵਾਲਿਆਂ ਵੱਲੋਂ ਪੂਰੀ ਘਟਨਾ ਜਾਣਦੇ ਹਾਂ ਅੰਕਲ ਜੀ ਤੁਸੀਂ ਢਿਲਮਾ ਖੁਰਦ ਪਿੰਡ ਦੇ ਜੀ ਕੀ ਘਟਨਾ ਹੋਈ ਹੈ ਪੂਰੀ ਦੱਸਿਓ ਜੀ ਘਟਨਾ ਹੀ ਹੈ ਸਾਡੀ ਕਮੇਟੀ ਬਣੀ ਹੋਈ ਸੀ ਨਸ਼ਾ ਰੋਕਣ ਵਾਸਤੇ ਸਾਡੇ ਪਿੰਡ ਨਸ਼ਾ ਬਹੁਤ ਜ਼ਿਆਦਾ ਵਧਿਆ ਹੋਇਆ ਅਸੀਂ ਆਖਿਆ ਵੀ ਚਲੋ ਪਿੰਡ ਦਾ ਕੋਈ ਭਲਾ ਹੋ ਜੂਗਾ ਨਿੱਕੇ ਨਿੱਕੇ ਬੱਚੇ ਆ ਜਿਹੜੇ ਉਹ ਨਸ਼ੇ 'ਤੇ ਲੱਗੀ ਜਾਂਦੇ ਆ ਅਸੀਂ ਕਮੇਟੀ ਬਣਾਈ ਇੱਕ ਦਿਨ ਕਮੇਟੀ ਬਣਾਈ ਦੂਜੇ ਦਿਨ ਅਸੀਂ ਵਾਰਨਿੰਗ ਦੇ ਕੇ ਆਏ ਹਾਂ ਵੀ ਭਾਈ ਜਿਹੜੇ ਜਿਹੜੇ ਘਰ ਵੇਚਦੇ ਆ ਉਹ ਨਸ਼ਾ ਬੰਦ ਕਰ ਦਿਓ ਉਹ ਉਲਟਾ ਸਮਾਂ ਦੀ ਕਮੇਟੀ ਦੇ ਅਤੇ ਪਿੰਡ ਦੇ ਸਾਰੇ ਦੇ ਵਰਕਲਾਪ ਹੋ ਕੇ ਉਲਟਾ ਚੰਗਾ ਮੰਦਾ ਵੀ ਬੋਲੇ ਆ ਸਾਨੂੰ ਵੀ ਅਸੀਂ ਤਾਂ ਆਈਂ ਵੇਚਾਂਗੇ ਕੱਲ੍ਹ ਇੱਥੋਂ ਸਾਦਕ ਦੇ 3 ਮੰਥ ਬਣੇ ਹੋਏ ਆ ਉਹ ਪਿੰਡੋਂ ਸਾਡੇ ਨਸ਼ਾ ਲਿਆ ਉਹਨਾਂ ਨੇ ਨਸ਼ਾ ਲੈ ਕੇ ਜਦੋਂ ਉਹਨਾਂ ਨੂੰ ਫੜਿਆ ਗਿਆ ਪੁੱਛਿਆ ਵੀ ਤੁਸੀਂ ਕਿੱਥੋਂ ਨਸ਼ਾ ਲਿਆ ਉਹਨਾਂ ਨੇ ਨਾਂ ਲੈਤਾ ਵੀ ਅਸੀਂ ਐਂ ਕਰਕੇ ਤਾਰੇ ਤੋਂ ਅਤੇ ਘੋਪੇ ਤੋਂ ਲਿਆ ਇਹਨਾਂ ਨੇ ਕਮੇਟੀ ਵਾਲਿਆਂ ਨੇ ਫੈਸਲਾ ਲਿਆ ਵੀ ਆਪਾਂ ਉਹਨਾਂ ਨੂੰ ਸਦਕੇ ਵੀ ਭਾਈ ਅਸੀਂ ਤੁਹਾਨੂੰ ਵਾਰਨਿੰਗ ਦਿੱਤੀ ਸੀ ਤੁਸੀਂ ਇਹ ਨਸ਼ਾ ਵੇਚਣੋਂ ਕਿਉਂ ਨਹੀਂ ਹਟਦੇ ਉਹਨਾਂ ਨੂੰ ਫੋਨ ਲਾ ਕੇ ਸੱਦਿਆ ਤਾਰੇ ਨੇ ਨਾਲ ਉਹ ਘੋਪੇ ਨੂੰ ਸੱਦਿਆ ਉਹਨਾਂ ਨੇ ਆਪਦਾ ਪਲੇਨ ਬਣਾਇਆ ਹੋਇਆ ਸੀ ਪਿਸਟਲ ਨਾਲ ਲੈ ਕੇ ਆਏ ਉਹਨੇ ਦੂਰ ਖੜ ਕੇ ਪੰਜ ਕਰਮ ਦੀ ਵਿੱਥ 'ਤੇ ਖੜ ਕੇ ਆਉਣ ਸਾਰੀ ਉਹਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਿਹੜੀ ਕਿ ਮੁੰਡੇ ਦੇ ਗਰੀਬ ਬੰਦਾ ਸੀ ਉਹ ਦਿਹਾੜੀਦਾਰ ਬੰਦਾ ਸੀ ਉਹਦੀ ਛਾਤੀ 'ਚ ਗੋਲੀ ਲੱਗ ਗਈ ਉਹਦੀ ਮੌਤ ਹੋ ਗਈ ਛੋਟੇ ਛੋਟੇ ਬੱਚੇ ਆ ਗਰੀਬ ਪਰਿਵਾਰ ਆ ਰੁਲ ਗਿਆ ਜੀ ਅੱਛਾ ਤੁਸੀਂ ਉਹਨੂੰ ਬੁਲਾਇਆ ਸੀ ਵਾਰਨਿੰਗ ਦੇਣ ਦੇ ਲਈ ਸੱਤ ਦੇ ਵਿੱਚ ਬੁਲਾਇਆ ਸੀ ਵੀ ਭਾਈ ਤੂੰ ਹਜੇ ਵੀ ਨਾ ਇਹ ਕੰਮ ਕਰ ਵੀ ਆਪਾਂ ਪਿੰਡ ਦਾ ਭਲਾ ਕਰਨਾ ਪਿੰਡ ਨੂੰ ਉਜਾੜਨਾ ਨਹੀਂ ਹੈਗਾ ਪਿੰਡ ਚਿੱਟਾ ਕਿੰਨਾ ਕੁ ਮਿਲਦਾ ਤੁਹਾਡੇ ਜੀ ਪਿੰਡ ਸਾਡੇ ਖੰਡ ਲੈਣੀ ਔਖੀ ਆ ਚਿੱਟਾ ਲੈਣਾ ਸੌਖਾ ਜੀ ਹਾਂਜੀ ਮਤਲਬ ਉਹਦਾ ਇੰਨਾ ਮਤਲਬ ਉਹਦੇ ਵਿੱਚ ਸੀਗਾ ਹੌਸਲਾ ਵੀ ਉਹਨੇ ਸ਼ਰਿਆਮ ਗੁੜੀਆਂ ਹਾਂਜੀ ਹਾਂਜੀ ਉਹਨਾਂ ਦੀਆਂ ਨਾਲ ਬੁੜੀਆਂ ਨੇ ਵੀ ਇਹ ਹੌਸਲਾ ਦਿੱਤਾ ਉਹ ਆਉਂਦੇ ਕਹਿੰਦੇ ਅਸੀਂ ਤਾਂ ਮਕਾਨ ਬਣਾਉਣਾ ਘਰ ਬਣਾਉਣਾ ਆਪਦਾ ਚਿੱਟਾ ਵੇਚ ਕੇ ਬਣਾਵਾਂਗੇ ਚਿੱਟਾ ਵੇਚ ਕੇ ਬਣਾਵਾਂਗੇ ਹਾਂਜੀ ਤੇ ਕੀ ਲੱਗਦਾ ਕਿਹਦਾ ਹੱਥ ਆ ਵੀ ਇੰਨਾ ਹੌਸਲਾ ਆਮ ਬੰਦੇ ਦਾ ਹੱਥ ਤਾਂ ਕਿਸੇ ਦਾ ਸਰਕਾਰਾਂ ਦੇ ਹੀ ਹੱਥ ਚੱਲੀ ਜਾਂਦੇ ਆ ਜੀ ਜੇ ਕਿਸੇ ਦਾ ਹੱਥ ਆ ਤਾਂ ਹੀ ਇੰਨਾ ਹੌਸਲੇ ਬੁਲੰਦ ਹੁੰਦੇ ਆ ਨਹੀਂ ਮੈਂ ਜਾਂ ਤੂੰ ਨਹੀਂ ਆਏ ਤੇ ਇਹ ਕੰਮ ਕਰ ਲੈਂਦੇ ਅੱਛਾ ਕਿੰਨੇ ਫੈਰ ਕੀਤੇ ਉਹਨਾਂ ਨੇ ਫੈਰ ਗੁਰਦੁਆਰੇ ਕੋਲੇ 3 ਕੀਤੇ ਆ ਜੀ ਬਾਕੀ ਤੁਰੇ ਜਾਂਦੇ ਨੇ ਵੀ ਕੀਤੇ ਆ ਗਾਂ ਕਿਸੇ ਦੇ ਘਰੇ ਉਤਰ ਗਿਆ ਸੀ ਉੱਥੇ ਵੀ ਅਸੀਂ ਨਾਲ ਮੁਲਾਜ਼ਮ ਸੀਗੇ ਰਾਤ ਅਸੀਂ ਉੱਥੋਂ ਰੋਲ ਲੱਭ ਕੇ ਲਿਆਏ ਹਾਂ 3-4 ਫੈਰ ਉੱਥੋਂ ਵੀ ਕੱਢੇ ਆ ਅੱਛਾ ਉਹਨਾਂ ਦੀ ਹੁਣ ਕਾਰਵਾਈ ਕੀਤੀ ਗਈ ਹੈ ਕੋਈ ਕਾਰਵਾਈ ਰਾਤ ਗ੍ਰਿਫਤਾਰ ਕਰ ਲਿਆ ਜੀ ਉਹਨੂੰ ਰਾਤ ਗ੍ਰਿਫਤਾਰ ਕਰ ਲਿਆ ਹਾਂਜੀ ਇੱਕ ਮਤਲਬ ਜਦੋਂ ਪਹਿਲਾਂ ਨਸ਼ਾ ਵੇਚਦਾ ਸੀ ਉਦੋਂ ਨਹੀਂ ਗ੍ਰਿਫਤਾਰ ਕੀਤਾ ਗਿਆ ਨਹੀਂ ਕਦੇ ਨਹੀਂ ਕੀਤਾ ਕੋਈ ਸੁਣਦਾ ਹੀ ਨਹੀਂ ਸੀ ਉਹਦੇ ਨਹੀਂ ਤਾਂ ਝਾਕਦਾ ਹੀ ਨਹੀਂ ਸੀ ਮਤਲਬ ਇੱਕ ਹਿਸਾਬ ਦਾ ਕਾਰਵਾਈ ਕਰਾਉਣ ਲਈ ਹੁਣ ਮਤਲਬ ਮਰਨਾ ਪੈਣਾ ਕਿਸੇ ਨੂੰ ਇਹੀ ਹੋਇਆ ਹਾਂਜੀ ਹਾਂ ਮਰਨਾ ਹੀ ਪੈਣਾ ਇੱਕ ਤਾਂ ਮਰ ਗਿਆ ਜੇ ਹੋਰ ਵੀ ਕਿਸੇ ਨੂੰ ਛੇਤੀ ਦੇਣੀ ਪਈ ਤਾਂ ਦੇਵਾਂਗੇ ਜੀ ਪਰ ਅਸੀਂ ਨਸ਼ਾ ਨਹੀਂ ਪਿੰਡ ਦੇ ਵਿੱਚ ਵੇਖਣ ਦੇਣਾ ਨਸ਼ਾ ਨਹੀਂ ਵੇਖਣ ਦੇਣਾ ਹਾਂ ਸਾਰਾ ਪਿੰਡ ਅਸੀਂ ਇੱਕ ਮੋਰੀ ਟੱਪੇ ਹੋਏ ਆ ਕੱਲ ਦੇ ਰਾਤ ਵੀ ਅਸੀਂ ਰਾਤ 1 ਵਜੇ ਥਾਣਿਓਂ ਗਏ ਆ ਅੱਜ ਵੀ ਅਸੀਂ ਸਾਰਾ ਪਿੰਡ ਤੜਕੇ ਦੇ ਅਸੀਂ ਕਿਸੇ ਨੇ ਚਾਹ ਪੀਤੀ ਕਿਸੇ ਨੇ ਨਹੀਂ ਪੀਤੀ ਅਸੀਂ ਇਸੇ ਕੰਮ ਦੇ ਆ ਵੀ ਆਪਾਂ ਇੱਕ ਮੋਰੀ ਟੱਪ ਕੇ ਸਾਰਿਆਂ ਦਾ ਇੱਕੋ ਫੈਸਲਾ ਲਵਾਂ ਹੈ ਤੁਹਾਡੇ ਪਿੰਡ ਦੇ ਆ ਉਹ ਪਿੰਡ ਦੇ ਕਦੋਂ ਕਿਤੇ ਵੇਚਦੇ ਆ ਜੀ ਉਹਨਾਂ ਨੂੰ ਹੋ ਗਏ 5-7 ਸਾਲ ਜੀ ਪੰਜ ਸੱਤ ਸਾਲ ਹਾਂਜੀ ਹੁਣ ਬਾਹਲਾ ਵਧਿਆ ਹੋਇਆ ਪਹਿਲਾਂ ਚਲੋ ਨਹੀਂ ਸੀ ਪਤਾ
ਜਦੋਂ ਹੁਣ ਛੋਟੇ ਛੋਟੇ ਬੱਚੇ ਲੱਗ ਗਏ ਹੁਣ ਪਤਾ ਲੱਗਣ ਲੱਗਾ ਵੀ ਇਹ ਨਸ਼ਾ ਪੂਰਾ ਖੁੱਲ੍ਹਾ ਵੇਚਣ ਲੱਗ। ਅੰਕਲ ਜੀ ਕੀ ਹਾਲਾਤ ਤੁਹਾਡੇ ਪਿੰਡ ਨਸ਼ਿਆਂ ਦੇ? ਹਾਲਾਤ ਮਾੜੇ ਆ ਜੀ, ਨਸ਼ਿਆਂ ਦੇ ਮਾੜੇ ਆ। ਹਾਂਜੀ ਮਾੜੇ। ਮਤਲਬ ਜਿਹੜਾ ਰੋਕਦਾ ਉਹਦੇ ਨਾਲ ਆਇਆ ਹੁੰਦਾ? ਹਾਂਜੀ ਜਿਹੜਾ ਰੋਕਦਾ ਉਹਦੇ ਨਾਲ ਆਇਆ ਹੁੰਦਾ। ਜਦੋਂ ਮੇਰੇ ਆਉਣ ਤੋਂ ਪਹਿਲਾਂ ਤਾਂ ਗੋਲੀ ਚੱਲ ਗਈ ਸੀ। ਗੋਲੀ ਚੱਲ ਗਈ? ਹਾਂ, ਮੈਂ 3 ਵਜੇ ਗਿਆ ਇੱਥੋਂ ਅਤੇ ਮੇਰੇ ਜਾਂਦੇ ਨੂੰ ਤਾਂ ਘਟਨਾ ਵਾਪਰ ਗਈ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਕਿਸੇ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਿਆ। ਅੱਛਾ, ਤੁਹਾਨੂੰ ਵੀ ਧਮਕੀਆਂ ਦੇ ਰਿਹਾ ਮੈਂ ਸੁਣਿਆ ਹੁਣ? ਹਾਂ ਧਮਕੀਆਂ ਹੁਣ ਪਿੰਡ ਨੂੰ ਸਾਰਿਆਂ ਨੂੰ ਦਿੱਤੀ ਹੋਈ ਹੈ ਜੀ। ਉਹ ਆਏ ਕਹਿੰਦੇ ਕੋਈ ਨਹੀਂ, ਕਿੰਨਾ ਕੁ ਚਿਰ ਜਵਾਨ ਤੇ ਆ ਜਾਵਾਂਗੇ ਫਿਰ ਵੇਖ ਲਾਂਗੇ। ਅੱਛਾ, ਵੀ ਹਜੇ ਵੀ ਨਹੀਂ ਮਤਲਬ? ਨਹੀਂ ਜੀ, ਹਟੇ ਉਹਨਾਂ ਨੇ ਸਾਦਕ ਦੀ ਪੰਚਾਇਤ ਨੂੰ ਵੀ ਧਮਕੀ ਦੇ ਦਿੱਤੀ ਹੈ ਜੀ। ਠੀਕ ਹੈ। ਸਾਦਕ ਦੀ ਕਮੇਟੀ ਬਣੀ ਹੋਈ ਆ, ਉਹਨਾਂ ਨੂੰ ਵੀ ਧਮਕੀ ਦੇ ਦਿੱਤੀ। ਉਹ ਆਂਦੇ ਵੀ ਢਿਲਮਾਂ ਵਾਲਿਆਂ ਦਾ ਤਾਂ ਅਸੀਂ ਕੰਮ ਨਿਬੇੜਤਾ, ਹੁਣ ਤੁਹਾਡੇ ਵੱਲ ਨਹੀਂ, ਤੁਹਾਨੂੰ ਵੇਖਾਂਗੇ। ਅੱਛਾ, ਹਲੇ ਵੀ ਨਹੀਂ ਮਤਲਬ ਹਟ ਰਹੇ? ਉਦੋਂ ਸ਼ਰਿਆਂ ਆ ਅੱਜ ਸਾਦਕ ਵਾਲਿਆਂ ਦੇ ਤੜਕੇ ਦੀ ਭਾਅ ਦੀ ਬਣੀ ਹੋਈ ਹੈ। ਹਾਂਜੀ, ਸਾਰੇ ਹਫੜਾ ਦਫੜੀ 'ਚੋਂ ਤੁਰੇ ਫਿਰਦੇ ਆ ਵੀ ਇਹ ਨਾ ਹੋਵੇ ਕਿਸੇ ਦਾ ਨੁਕਸਾਨ ਹੋ ਜਾਵੇ। ਉਹਨਾਂ ਦਾ ਗੈਂਗ ਕਿੱਡਾ, ਕਿੰਨੇ ਕੁ ਜਾਣੇ ਆ? ਪਤਾ ਹੀ ਨਹੀਂ ਜੀ ਹਜੇ ਕਿੰਨੇ ਜਾਣੇ ਆ, ਇਹ ਤਾਂ ਹੁਣ ਇੱਕ ਅਗਰ ਰਾਤ ਫੜਿਆ ਗਿਆ ਉਹ ਦੱਸੂਗਾ ਹੁਣ ਗਾਂ ਕਿੰਨੇ ਜਾਣੇ ਦਾ ਗੈਂਗ। ਤੁਸੀਂ ਢਿਲਮਾ ਖੁਰਦ ਤੋਂ ਆ ਤੁਸੀਂ? ਮੁੰਡਾ ਮਰਿਆ ਜਿਹੜਾ, ਉਹਦਾ ਚਾਚਾ ਜੀ। ਤੁਸੀਂ ਚਾਚਾ ਜੀ ਉਹ ਮੁੰਡੇ? ਹਾਂਜੀ ਹਾਂਜੀ। ਕੀ ਹੋਇਆ ਸੀ ਗੱਲ ਜੀ? ਗੱਲ ਜੀ ਬਸ ਗੱਲ ਤਾਂ ਕੁਛ ਵੀ ਨਹੀਂ ਹੋਈ ਵੀ ਨਸ਼ਾ ਵੇਚਦੇ ਸੀਗੇ ਮਹੰਤ ਸੀ ਇੱਥੋਂ ਦੇ, ਉਹ ਫੜ ਕੇ ਉੱਥੇ ਨਸ਼ਾ ਲੈਣ ਗਏ ਜਦੋਂ ਵੀ ਸਾਡੇ ਪਿੰਡ ਦੀ ਕਮੇਟੀ ਬਣੀ ਆ, ਉਹ ਸੱਥ 'ਚ ਲੈ ਗਏ ਉਹਨਾਂ ਨੂੰ ਫੜ ਕੇ। ਜਦੋਂ ਸੱਥ 'ਚ ਲੈ ਗਏ ਤਾਂ ਉਹਨਾਂ ਨੇ ਪੁੱਛਿਆ, ਦੱਸਿਆ ਕੁੱਟਮਾਰ ਕੀਤੀ ਮਾੜੀ ਮੋਟਾ। ਉਹ ਆਉਂਦੇ ਵੀ ਅਸੀਂ ਤਾਂ ਤਾਰੇ ਤੋਂ ਨਸ਼ਾ ਲਿਆ। ਠੀਕ ਹੈ। ਉਹਨਾਂ ਨੇ ਮੁੰਡੇ ਨੂੰ ਉਸ ਨੂੰ ਸੱਦ ਲਿਆ ਤਾਰੇ ਨੂੰ। ਜਦੋਂ ਤਾਰੇ ਨੂੰ ਸੱਦ ਲੈ ਵੀ ਤੂੰ ਦੱਸ ਭਾਈ ਆ ਤੇਰੇ ਸਾਹਮਣੇ ਮੰਨੀ ਜਾਂਦੇ ਆ। ਉਹ ਆਉਂਦਾ ਵੀ ਮੈਂ ਦਿੱਤਾ ਉਹਦੇ ਖਾਣ 'ਚੋਂ ਖਾਣ ਦਿੱਤਾ ਮੈਂ। ਉਹ ਆਉਂਦੇ ਵੀ ਅਸੀਂ ਮੁੱਲ ਲਿਆ। ਠੀਕ ਹੈ। ਅਤੇ ਬਸ ਆਹ ਗੱਲ ਹੋਈ ਹੈ, ਝਗੜਦੇ ਝਗੜਦੇ ਅਤੇ ਬਸ ਅਜੇ ਪਿੱਛੇ ਹਟਦੇ ਗਏ ਆ ਅਤੇ ਉਹ ਮੁੰਡਾ ਆਇਆ, ਉਹਨੇ ਆਉਣ ਸਾਰੀ ਗੋਲੀ ਉਭਰਾਤੀ ਅਤੇ ਮੁੰਡੇ ਦੇ ਛਾਤੀ 'ਚ ਵੱਜੀ। ਤੁਹਾਡਾ ਭਤੀਜਾ ਸੀ? ਹਾਂਜੀ। ਉਹ ਤਾਂ ਮਤਲਬ ਰੋਕਦੇ ਸੀ ਉਹ ਕਿਹੜਾ ਮਾੜਾ ਕੰਮ? ਹਾਂਜੀ ਰੋਕਦੇ ਸੀ ਬਸ, ਹੋਰ ਕੋਈ ਲੜਾਈ ਨਹੀਂ ਸੀ, ਕੋਈ ਝਗੜਾ ਨਹੀਂ ਸੀ। ਉਹ ਮੁੰਡੇ ਦੇ ਪਰਿਵਾਰ 'ਚ ਕੌਣ ਕੌਣ ਹੈ? ਕਿਹੜਾ ਮਰਿਆ ਜੀ? ਉਹਦੇ ਪਰਿਵਾਰ 'ਚ ਤਾਂ ਬਸ ਮੁੰਡਾ ਰਹਿ ਗਿਆ ਜੀ ਇੱਕ, ਅਤੇ ਮਾਂ ਉਹਦੀ ਅਤੇ ਚਾਹੇ ਦੋ ਬੱਚੇ ਉਹਦੇ ਅਤੇ ਘਰੋਂ ਆ ਨਿੱਕੇ ਨਿੱਕੇ ਬੱਚੇ ਉਹਦੇ ਛੋਟੇ ਛੋਟੇ, ਬਿਜਲੀ ਦਾ ਕੰਮ ਕਰਦਾ। ਹਾਂਜੀ। ਮਤਲਬ ਨਸ਼ਾ ਵੇਚਣ ਵਾਲੇ ਦਾ ਇੰਨੇ ਹੌਸਲੇ ਬੁਲੰਦ ਆ, ਸ਼ਰੇਆਮ ਆ ਕੇ ਗੋਲੀ ਮਾਰ ਗਈ? ਹਾਂਜੀ ਸ਼ਰੇਆਮ ਮਾਰੀ ਗੋਲੀ, ਸ਼ਰੇਆਮ ਰੁਕੇ ਹੀ ਨਹੀਂ ਜੀ ਕਿਸੇ ਤੋਂ, ਜਮਾਂ ਹੀ ਨਹੀਂ ਡਰੇ। ਹਾਂਜੀ ਹਾਲੇ ਵੀ ਕਹਿੰਦੇ ਉਹ ਮਤਲਬ? ਹਾਂ ਹਜੇ ਵੀ ਧਮਕ ਜਾਂ ਦਿੰਦੇ ਆ ਜੀ, ਲੈ ਵੀ ਅਸੀਂ ਵੇਖਾਂਗੇ ਆ ਕੇ ਕੋਈ ਨਹੀਂ ਜਵਾਨ ਤੇ ਆ ਜਾਂਗੇ, ਉਦੋਂ ਬਾਅਦ 'ਚ ਵੇਖਾਂਗੇ ਤੁਹਾਨੂੰ। ਹਾਂਜੀ। ਤੁਹਾਡਾ ਪਿੰਡ ਢਿਲਮਾ ਹੀ ਹੈ ਜੀ? ਹਾਂਜੀ ਹਾਂਜੀ ਢਿਲਮਾ। ਕੀ ਹਾਲਾਤ ਤੁਹਾਡੇ ਨਸ਼ੇ ਦੇ? ਸਾਡੇ ਹਾਲਾਤ ਬਹੁਤ ਮਾੜੇ ਜੀ ਪਿੰਡ 'ਚ ਤਾਂ ਜੀ, ਨਿੱਕੇ ਨਿੱਕੇ ਮੁੰਡੇ ਲੱਗ ਰਹੇ ਆ ਜੀ। ਪਹਿਲਾਂ ਮੁੰਡਾ ਕਿਹੜਾ ਤਾਰਾ ਤਾਰਾ ਸੀ, ਉਹ ਕਬੱਡੀ ਦਾ ਖਿਡਾਰੀ ਸੀਗਾ, ਉਦੋਂ ਬਾਅਦ ਚਿੱਟਾ ਲਾਉਣ ਲੱਗ ਗਿਆ ਜੀ। ਅਸੀਂ ਸਾਰੀ ਕਮੇਟੀ ਗਈ ਅਤੇ ਉਹਨਾਂ ਨੂੰ ਆਖਿਆ ਭਾਈ ਤੁਸੀਂ ਛੱਡ ਦਿਓ, ਉਹ ਸ਼ਰੇਆਮ ਚਿੱਟਾ ਚੱਲੂਗਾ ਜੀ, ਸਾਨੂੰ ਕੋਈ ਨਹੀਂ ਰੋਕ ਸਕਦਾ। ਹੁਣ ਮੰਨ ਕੇ ਚਲੋ ਜੀ, ਕਿਹੜਾ ਵਿਚਾਰਾ ਸ਼ਹੀਦੀ ਪਾਈ ਮੁੰਡੇ ਨੇ ਸਮਝੋ, ਕਮੇਟੀ ਵਾਲੇ ਮੁੰਡੇ ਉਲਟਾ ਉਹ ਤਾਂ ਮਰ ਗਿਆ ਵਿਚਾਰਾ, ਅਸੀਂ 4 ਜਣੇ ਚੱਕ ਚੱਕ ਕੇ ਸ਼ਹਿਰ ਲੈ ਗਏ, ਉਹ ਉਸਦਾ ਰਾਹ 'ਚ ਪੂਰਾ ਹੋ ਗਿਆ ਜੀ, ਸਾਹ ਛੱਡ ਗਿਆ ਜੀ। ਹਾਂ, ਉਹਦਾ ਕੋਈ ਨਿੱਜੀ ਨੁਸ਼ਮਣੀ ਤਾਂ ਨਹੀਂ ਸੀਗੀ ਉਹਨਾਂ ਨਾਲ? ਨਾ ਜੀ, ਨਾ ਜਮਾਣੀ ਸੀ, ਅਸੀਂ ਤਾਂ ਸਮਝਾਉਂਦੇ ਸੀ ਜੀ, ਚਲੋ ਫਾਇਦਾ ਹੋ ਜੇ ਪਿੰਡ ਦਾ, ਨਿੱਕੇ ਬੱਚੇ ਲੱਗੇ ਆ, ਆਹੀ ਗੱਲ ਹੋਈ ਜੀ। ਗੋਲੀ ਜ਼ਰੂਰ ਚੱਲੀ ਹੈ ਜੀ, ਮੌਕੇ 'ਤੇ ਢੇਰੀ ਹੋ ਗਿਆ ਜਰਾ। ਹਾਂਜੀ। ਜਿਹੜੇ ਮਤਲਬ ਚਿੱਟਾ ਵੇਚਣਾ ਉਹਨਾਂ ਕੋਲ ਹਥਿਆਰ ਕਿੱਥੋਂ ਆਏ? ਚਿੱਟਾ ਵੀ ਵੇਚਦੇ ਆ ਉਹ ਸਾਰਾ ਕੁਝ, ਮਤਲਬ ਉੱਤੋਂ ਤੱਕ ਹੱਥ ਲੱਗਦਾ ਉਹਨਾਂ ਦਾ ਜੀ? ਪਿੱਛੇ ਹੱਥ ਹੋਊਗਾ ਫਿਰ ਹੀ ਆ ਜੀ, ਐਵੇਂ ਧਮਕੀਆਂ ਦਿੰਦੇ ਨੇ ਜੀ। ਠੀਕ ਹੈ ਨਾ, ਹੁਣ ਸਾਦਕ ਵਾਲੀ ਕਮੇਟੀ ਨੇ ਧਮਕੀ ਦਿੱਤੀ ਆ ਕਿ ਢਿਲਮਾ ਤਾਂ ਇੱਕ ਕਰਤਾ ਢੇਰੀ, ਅਤੇ ਤੁਹਾਡੀ ਵਾਰੀ ਆ ਗਈ, ਹੁਣ ਅਸੀਂ ਬਾਹਰ ਕਿਵੇਂ ਨਿਕਲ ਸਕਦੇ? ਪਰ ਜੇ ਸਾਡੇ ਨਾਲ ਵੀ ਇਹ ਹਾਲ ਹੋਊਗਾ, ਜੇ ਮੰਤਰੀ ਸੰਤਰੀ ਭਾਈ ਨੱਥ ਪਾਉਣਗੇ ਉਹਨਾਂ ਤੋਂ ਗੱਲ ਦਾ ਵੀਰ ਹੀ ਨਹੀਂ ਕੋਈ ਵੀ। ਹਾਂਜੀ।